ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਪਿਆਰੇ ਆਨੇ ਤੋਂ ਮਾਨੇਕੇ ਨੂੰ ਜਾਂਦੀ ਸੜਕ ਉੱਤੇ ਉਸਾਰਿਆ ਜਾ ਰਿਹਾ ਪੁਲ ਵਿਵਾਦਾਂ ਵਿੱਚ ਘਿਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਮੰਡੀ ਬੋਰਡ ਵੱਲੋਂ ਉਸਾਰਿਆ ਜਾ ਰਿਹਾ ਇਹ ਪੁਲ ਪੁਰਾਣੇ ਪੁਲ ਦੇ ਪਿੱਲਰਾਂ ਤੇ ਹੀ ਉਸਾਰਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਜਦ ਮੀਡੀਆ ਨੂੰ ਮਿਲੀ ਤਾਂ ਉਹਨਾਂ ਨੇ ਇਸ ਬਾਰੇ ਵਿਭਾਗ ਦੇ ਐਕਸੀਅਨ ਨਾਲ ਗੱਲਬਾਤ ਕੀਤੀ, ਜਿਸ ਨੇ ਦੱਸਿਆ ਕਿ ਪੁਰਾਣੇ ਪੁਲ ਦੀ ਫਾਊਂਡੇਸ਼ਨ ਬਿਲਕੁਲ ਠੀਕ ਹੋਣ ਦੇ ਚਲਦੇ ਇਸ ਦਾ ਡਿਜ਼ਾਈਨ ਉਹਨਾਂ ਦੇ ਇੰਜੀਨੀਅਰ ਦੁਆਰਾ ਬਣਾ ਕੇ ਪਾਸ ਕਰਵਾਇਆ ਗਿਆ ਹੈ। ਐਗਜ਼ਿਸਟਿੰਗ ਬ੍ਰਿਜ ਹੈਗਾ, ਅਸੀਂ ਉਸ ਨੂੰ ਵੀ ਅਪਗ੍ਰੇਡ ਕਰ ਰਹੇ ਹਾਂ। ਅਪਗ੍ਰੇਡ ਦੇ ਨਾਲ ਨਾਲ ਜਿਹੜਾ ਪਹਿਲਾਂ ਐਗਜ਼ਿਸਟਿੰਗ ਬ੍ਰਿਜ ਹੈਗਾ ਉਹਦੀ ਅਸੀਂ ਮਜ਼ਬੂਤੀ ਕਰ ਰਹੇ ਹਾਂ, ਮਜ਼ਬੂਤ ਕਰਕੇ ਉਹਨੂੰ ਚੌੜਾ ਕਰਨਾ ਹੈ। ਤਾਂ ਐਜ਼ ਇਟ ਇਜ਼ ਜਿਹੜਾ ਹੋਏਗਾ ਉਹ ਨਵਾਂ, ਕਿਉਂਕਿ ਜਿਹੜਾ ਪੀਅਰ ਅਤੇ ਫਾਊਂਡੇਸ਼ਨਸ ਹੈਗੀਆਂ ਉਹ ਬਿਲਕੁਲ ਵੀ ਠੀਕ ਹੈਗੀਆਂ, ਜਿੰਨਾ ਕੁ ਮਤਲਬ ਐਗਜ਼ਿਸਟ ਕਰਦਾ ਉਹਨੂੰ ਅਸੀਂ ਵਧਾ ਕੇ ਫਾਊਂਡੇਸ਼ਨ ਨੂੰ ਬਕਾਇਦਾ ਡਿਜ਼ਾਇਨ ਕਰਵਾਇਆ। ਜਿਹੜੀ ਸਲੈਬ ਹੈਗੀ ਉਹਦੀ ਸਲੈਬ ਬਿਲਕੁਲ ਨਵੀਂ ਪਾਵਾਂਗੇ 18 ਸਾਢੇ 17। ਹਾਲਾਂਕਿ ਚਰਚਾ ਇਹ ਵੀ ਹੈ ਕਿ ਪੈਸੇ ਦੀ ਕਮੀ ਦੇ ਚਲਦੇ ਪੁਰਾਣੇ ਪੁਲ ਦੇ ਪਿੱਲਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਨੁਕਸਾਨਦੇਹ ਹੋ ਸਕਦੀ ਹੈ। ਫਿਰੋਜ਼ਪੁਰ ਤੋਂ ਪੰਕਜ ਕੁਮਾਰ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988-6645-47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।